ਅੱਜਕੱਲ੍ਹ ਸਵਾਗਤ ਹੈ ਸਾਰੀ ਹੀ ਦਰਸ਼ਕਾਂ ਦਾ ਖਾਸ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਇਹ ਅਪਡੇਟ ਉਹਨਾਂ ਯਾਤਰੀਆਂ ਦੇ ਲਈ ਹੈ ਜੋ ਅੱਜਕੱਲ੍ਹ ਦੇ ਵਿੱਚ ਕੈਨੇਡਾ ਦੇ ਲਈ ਜਾਣ ਦੀਆਂ ਤਿਆਰੀਆਂ ਕਰ ਰਹੇ ਸੀ ਤੇ ਉਹਨਾਂ ਦੇ ਲਈ ਇਹ ਵੱਡੀ ਖਬਰ ਹੋ ਸਕਦੀ ਹੈ ਕਿਉਂਕਿ ਹੁਣ ਤੁਸੀਂ ਕੈਨੇਡਾ ਦੀ ਯਾਤਰਾ ਨਹੀਂ ਕਰ ਸਕੋਗੇ ਕੈਨੇਡਾ ਸਰਕਾਰ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਇਹ ਐਲਾਨ ਪੰਜਾਬ ਦੇ ਵਿੱਚੋਂ ਅਤੇ ਭਾਰਤ ਦੇ ਵਿੱਚੋਂ ਲਗਾਤਾਰ ਬਾਤ ਰਹੀ ਕਰੋਨਾ ਦੇ ਅੰਕੜਿਆਂ ਤੇ ਮੱਦੇਨਜ਼ਰ ਲਿਆ ਗਿਆ ਹੈ ਭਾਰਤ ਦੇ ਵਿੱਚ ਪਿਛਲੇ ਜਿੱਕਰ 48 ਘੰਟਿਆਂ ਦੀ ਗੱਲ ਕਰੀਏ ਤਾਂ ਪਿਛਲੇ 48 ਘੰਟਿਆਂ ਦੇ ਦਰਮਿਆਨ ਹੁਣ ਤੱਕ 6 ਲੱਖ ਤੇ ਕਰੀਬ ਜਿਹੜੇ ਕਰੋਨਾ ਪੋਜ਼ਿਟਿਵ ਮਾਮਲੇ ਸਾਹਮਣੇ ਆ ਚੁੱਕੇ ਨੇ ਇਸ ਵੱਡੇ ਬਲਾਸਟ ਤੋਂ ਬਾਅਦ ਹੁਣ ਕੈਨੇਡਾ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਕੈਨੇਡਾ ਸਰਕਾਰ ਦੇ ਵੱਲੋਂ ਇਸ ਫੈਸਲੇ ਦੇ ਵਿੱਚ ਐਲਾਨ ਕਰ ਦਿੱਤਾ ਗਿਆ ਕਿ ਬੀਤੀ ਰਾਤ ਤੋਂ ਹੀ ਭਾਰਤ ਤੋਂ ਜਾਣ ਵਾਲੀਆਂ ਅਤੇ ਪਾਕਿਸਤਾਨ ਤੋਂ ਜਾਣ ਵਾਲੀਆਂ ਸਾਰੀਆਂ ਫਲਾਈਟਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਇਹ ਖਾਸ ਤੌਰ ਦੇ ਉੱਤੇ ਫੈਸਲਾ ਜੋ ਕੈਨੇਡਾ ਸਰਕਾਰ ਦੇ ਵੱਲੋਂ ਕਰੋਨਾ ਮਹਾਮਾਰੀ ਦੇ ਚੱਲਦਿਆਂ ਲਿਆ ਗਿਆ ਹੈ ਕੈਨੇਡਾ ਸਰਕਾਰ ਨੇ ਇਸ ਗੱਲ ਨੂੰ ਸਾਫ਼ ਕਰ ਦਿੱਤਾ ਹੈ ਕਿ ਜਿਹੜਾ ਆਉਣ ਵਾਲੇ 30 ਦਿਨਾਂ ਦੇ ਲਈ ਇਹ ਜਿਹੜੀਆਂ ਡਾਇਰੈਕਟ ਫਲਾਈਟਾਂ ਨੇ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਡਾਇਰੈਕਟ ਫਲਾਈਟਾਂ ਪਾਪ ਕੇ ਸਿੱਧੀਆਂ ਜੋ ਉਡਾਣਾਂ ਸੀ ਭਾਰਤ ਦੇ ਵਿੱਚੋਂ ਕੈਨੇਡਾ ਤੱਕ ਦੀਆਂ ਟੋਰਾਂਟੋ ਤੱਕ ਦੀਆਂ ਉਹ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਇੱਕ ਸਾਫ਼ ਕਰ ਦਿੱਤਾ ਗਿਆ ਹੈ ਕੈਨੇਡਾ ਸਰਕਾਰ ਦੇ ਵੱਲੋਂ ਇੱਕ ਟਵੀਟ ਦੇ ਜ਼ਰੀਏ ਵੀ ਤੇ ਨਾਲ ਦੀ ਨਾਲ ਖਾਸ ਤੌਰ ਦੇ ਉੱਤੇ ਉਹਨਾਂ ਦੇ ਅਧਿਕਾਰੀਆਂ ਦੇ ਵੱਲੋਂ ਵੀਡੀਓ ਦੇ ਜ਼ਰੀਏ ਵੀ ਇਸ ਗੱਲ ਦੀ ਸੂਚਨਾ ਦਿੱਤੀ ਗਈ ਹੈ ਇਸ ਦੇ ਵਿੱਚ ਖਾਸ ਕੀ ਇਸ ਦੇ ਵਿੱਚ ਖਾਸ ਇਹ ਹੈ ਕਿ ਭਾਰਤ ਦੇ ਵਿੱਚ ਲਗਾਤਾਰ ਵਧ ਰਹੇ ਅੰਕੜੇ ਇਸ ਗੱਲ ਦੇ ਬਹੁਤ ਸੰਕੇਤ ਕਾਫੀ ਲੰਬੇ ਸਮੇਂ ਤੋਂ ਦੇ ਰਹੇ ਸਨ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ ਨਿਊਜ਼ੀਲੈਂਡ ਦੇ ਵੱਲੋਂ ਆਪਣੀਆਂ ਉਡਾਣਾਂ ਜਿਹੜੀਆਂ ਰਾਤ ਕਰ ਦਿੱਤੀਆਂ ਜਾਂਦੀਆਂ ਨੇ ਭਾਰਤ ਨੂੰ ਉਡਾਣਾ ਲੈਣ ਤੋਂ ਮਨਾਹੀ ਕਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਗੱਲ ਕਰੀਏ ਤਾਂ ਜੇਕਰ ਆ ਜਾਂਦਾ ਹੈ ਕੁਝ ਦਿਨਾਂ ਬਾਅਦ ਹੀ ਸਿੰਗਾਪੁਰ ਦੇ ਵੱਲੋਂ ਇਸ ਗੱਲ ਦਾ ਐਲਾਨ ਕਰ ਦਿੱਤਾ ਜਾਂਦਾ ਹੈ ਕਿ ਆਪਣੇ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਕਿਸੇ ਪਾਸੇ ਖਾਸ ਕਰਕੇ ਭਾਰਤ ਪਾਕਿਸਤਾਨ ਅਤੇ ਅਫਗਾਨਿਸਤਾਨ ਵਾਲੇ ਪਾਸੇ ਯਾਤਰਾ ਨਾ ਕਰੋ ਕਿਉਂਕਿ ਉਤਰ ਕਰੋਨਾ ਮਹਾਮਾਰੀ ਦਾ ਪ੍ਰਕੋਪ ਬਹੁਤ ਵੱਡੇ ਪੱਧਰ ਤੇ ਹੇ ਸਿੰਗਾਪੁਰ ਤੋਂ ਬਾਅਦ ਵਾਰੀ ਆ ਜਾਂਦੀ ਹੈ ਦੁਬਈ ਦੀ ਦੁਬਈ ਦੇ ਵੱਲੋਂ ਵੀ ਕਹਿ ਦਿੱਤਾ ਜਾਂਦਾ ਹੈ ਕਿ ਅਸੀਂ ਭਾਰਤ ਵੱਲੋਂ ਆਉਣ ਵਾਲੀਆਂ ਉਡਾਣਾਂ ਜਿਹੜੀਆਂ ਨਹੀਂ ਲਵਾਂਗੇ ਤੇ ਉਸ ਤੋਂ ਬਾਅਦ ਲੰਡਨ ਦਾ ਹਿਥਰੋ ਹਵਾਈ ਹਵਾਈ ਅੱਡਾ ਉਸ ਤੋਂ ਵੱਲੋਂ ਵੀ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਜਾਂਦੀ ਹੈ ਕਿ ਹਜੇ ਜਿਹੜੀਆਂ ਭਾਰਤੀ ਉਡਾਣਾਂ ਨੇ ਉਹਨਾਂ ਦੇ ਵੱਲੋਂ ਨਹੀਂ ਲੀਆਂ ਜਾਣਕੀ ਕਿਉਂਕਿ ਉਹਨਾਂ ਦੇ ਕੋਲ ਹਜੇ ਸਮਰੱਥਾ ਨਹੀਂ ਹੈ ਉਡਾਣਾ ਹੋਰ ਲੈਣ ਦੀ ਹਿਥਰੋ ਹਵਾਈ ਅੱਡੇ ਤੋਂ ਬਾਅਦ ਹੁਣ ਕੈਨੇਡਾ ਸਰਕਾਰ ਦਾ ਫੈਸਲਾ ਆ ਗਿਆ ਹੈ ਕੈਨੇਡਾ ਸਰਕਾਰ ਨੇ ਫੈਸਲਾ 30 ਦਿਨਾਂ ਦੇ ਲਈ ਦਿੱਤਾ ਹੈ ਤੇ ਨਾਲ ਹੀ ਇਹ ਗੱਲ ਸਾਫ਼ ਕਰਦੀ ਹੈ ਕਿ ਇਮੀਗ੍ਰੇਸ਼ਨ ਦੇ ਆਗੂਆਂ ਦੇ ਵੱਲੋਂ ਅਧਿਕਾਰੀਆਂ ਦੇ ਵੱਲੋਂ ਗੱਲ ਨੂੰ ਵੀ ਸਾਫ਼ ਕੀਤਾ ਗਿਆ ਹੈ ਕਿ ਜੇਕਰ ਭਾਰਤ ਦੇ ਵਿੱਚ ਕੋਰੋਨਾ ਮਹਾਮਾਰੀ ਦੇ ਕੇਸਾਂ ਦੇ ਵਿੱਚ ਗਰਾਵਟ ਨਹੀਂ ਇਸੇ ਤਰ੍ਹਾਂ ਇਹ ਬਲਾਸਟ ਵਾਧਾ ਗਿਆ ਕੋਰੋਨਾ ਦਾ ਤਾਂ ਭਾਰਤ ਦੇ ਵਿੱਚ ਆਉਣ ਵਾਲੀਆਂ ਭਾਰਤ ਤੋਂ ਉਡਾਣਾਂ ਨੂੰ ਹੋਰ ਲੰਬੇ ਸਮੇਂ ਲਈ ਰੋਕ ਕੀਤਾ ਜਾ ਸਕਦਾ ਭਾਵ ਕਿ ਹਜੇ ਇਹ ਨੋਟੀਫਿਕੇਸ਼ਨ 30 ਦਿਨਾਂ ਦੇ ਲਈ ਹੈ ਇਸ ਨੂੰ ਵਧਾਇਆ ਵੀ ਜਾ ਸਕਦਾ ਜੇਕਰ ਭਾਰਤ ਦੇ ਅੰਕੜੇ ਸਹੀ ਹੁੰਦੇ ਨੇ ਤਾਂ ਇਸ ਨੂੰ ਘਟਾਇਆ ਵੀ ਜਾ ਸਕਦਾ ਹੈ ਸਾਡੀਆਂ ਸਰਕਾਰਾਂ ਦੇ ਲਈ ਹੁਣ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਉਹ ਲੋਕ ਜਿਨ੍ਹਾਂ ਦੇ ਪੈਸੇ ਕਾਫੀ ਲੰਬੇ ਸਮੇਂ ਤੋਂ ਲੱਗੇ ਹੋਏ ਨੇ ਜਿਨ੍ਹਾਂ ਦੇ ਵਿੱਚ ਸਟੂਡੈਂਟ ਵੱਡੇ ਪੱਧਰ ਤੇ ਉੱਤੇ ਨੇ ਕਈ ਸਟੂਡੈਂਟ ਤਾਂ ਪਹਿਲਾਂ ਹੀ ਕੈਨੇਡਾ ਦੇ ਕੁਇਗ ਕਯੂਬਿਕ ਦੇ ਵਿੱਚ ਲਗਾਤਾਰ ਆਪਣੀਆਂ ਲੜਾਈਆਂ ਲੜ ਰਹੇ ਨੇ ਕਿਉਂਕਿ ਕਯੂਬਿਕ ਸਰਕਾਰ ਦੇ ਵੱਲੋਂ ਕੁਝ ਯੂਨੀਵਰਸਿਟੀਆਂ ਦੇ ਨਾਲ ਉਹਨਾਂ ਦਾ ਮਤ ਪੇਦ ਹੈ ਜਿਸ ਤੋਂ ਬਾਅਦ ਭਾਰਤ ਦੇ ਕਈ ਵੱਡੇ ਪੱਧਰ ਤੇ ਉੱਤੇ ਸਟੂਡੈਂਟ ਨੇ ਜੋ ਬੀਤੇ ਦਿਨੀ ਪ੍ਰੋਟੈਸਟ ਵੀ ਕਰਦੇ ਨਜ਼ਰ ਆਏ ਸੀ ਹੁਣ ਜੇਕਰ ਹਵਾਈ ਜਿੰਨੀਆਂ ਉਡਾਣਾਂ ਨਿਉ ਰਤ ਹੁੰਦੀਆਂ ਨੇ ਤਾਂ ਇਹ ਕਿਤੇ ਨਾ ਕਿਤੇ ਹੋਰ ਸਟੂਡੈਂਟਾਂ ਦੇ ਲਈ ਵੀ ਵੱਡਾ ਝਟਕਾ ਹੋ ਸਕਦਾ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਜਾਣਾ ਸੀ ਜਿਨ੍ਹਾਂ ਨੇ ਕਿਉਂਕਿ ਮਈ ਦੇ ਵਿੱਚ ਇੱਕ ਵਾਰ ਫਿਰ ਤੋਂ ਜਿਹੜੀ ਸੈਸ਼ਨ ਸ਼ੁਰੂ ਹੋ ਜਾਣਾ ਹੈ ਇੱਕ ਵਾਰ ਫਿਰ ਸਟੂਡੈਂਟ ਜਿਹੜੇ ਨੇ ਹੁਣ ਭਾਰਤ ਦੇ ਵਿੱਚ ਰਹਿ ਕੇ ਉਹਨਾਂ ਨੂੰ ਪੜ੍ਹਾਈ ਕਰਨੀ ਪਾਏਗੀ ਇਹ ਹੁਣ ਉਹਨਾਂ ਸਾਰੇ ਵਿਦਿਆਰਥੀਆਂ ਦੇ ਲਈ ਵੀ ਵੱਡਾ ਝਟਕਾ ਖਾਸ ਤੌਰ ਦੇ ਉੱਤੇ ਉਹ ਵੀ ਲੋਕ ਜਿਹੜੇ ਵਰਕ ਪਰਮਿਟ ਤੇ ਉੱਤੇ ਭਾਰਤ ਆਏ ਹੋਏ ਸੀ ਵਰਕ ਮਰ ਪਿਛਲੇ 1 ਸਾਲ ਤੋਂ ਪਹਿਲਾਂ ਹੀ ਉਹ ਵਾਪਸ ਨਹੀਂ ਸੀ ਜਾ ਸਕਦੇ ਤੇ ਹੁਣ ਜੇਕਰ ਇਸ ਤਰ੍ਹਾਂ ਉਡਾਣਾ ਬੰਦ ਹੁੰਦੀਆਂ ਨੇ ਤਾਂ ਫਿਰ ਉਹ ਇੱਥੇ ਰਹਿ ਜਾਣਗੇ ਸੋ ਇਹ ਵੀ ਕਿਤੇ ਨਾ ਕਿਤੇ ਵੱਡਾ ਘਾਟਾ ਉਹਨਾਂ ਸਟੂਡੈਂਟਾਂ ਦੇ ਲਈ ਹੈ ਪਰ ਇਹ ਭਾਰਤ ਸਰਕਾਰ ਦੇ ਲਈ ਬਹੁਤ ਵੱਡੀ ਗੱਲ ਹੋਣ ਜਾ ਰਹੀ ਹੈ ਕਿ ਭਾਰਤ ਦੇ ਵਿੱਚੋਂ ਜਾਣ ਵਾਲੀਆਂ ਉਡਾਣਾਂ ਨੂੰ ਬੰਦ ਕਰ ਦਿੱਤਾ ਗਿਆ ਕੈਨੇਡਾ ਸਰਕਾਰ ਦੇ ਵੱਲੋਂ ਇਸ ਕੱਲ ਨੂੰ ਲੈ ਕੇ ਕਿ ਕੋਵਿਡ ਦੇ ਕੇਸ ਭਾਰਤ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਨੇ ਇਹ ਫੈਸਲਾ ਕੁਝ ਇੱਕ ਅੱਦੇ ਦਿਨ ਦੇ ਵਿੱਚ ਜਿਹੜਾ ਨਹੀਂ ਲਿਆ ਗਿਆ ਦੱਸਦੀ ਹੈ ਕਿ ਇਦਰ ਅਸਲ ਜਿਹੜੀ ਬੀਤੀ 31 ਮਾਰਚ 21 ਮਾਰਚ ਆ ਮਾਫ ਕਰਨਾ ਜਿਹੜੀ ਬੀਤੀ 21 ਮਾਰਚ ਤੋਂ 6 ਅਪ੍ਰੈਲ ਤੱਕ ਦੇ ਜਿਹੜੇ ਅੰਕੜੇ ਨੇ ਉਹ ਫਲਾਈਟਾਂ ਦੇ ਵਿੱਚੋਂ ਜਦੋਂ ਵੇਖੀਗੇ ਤਾਂ ਭਾਰਤ ਤੋਂ ਜਾਣ ਵਾਲੀਆਂ ਫਲਾਈਟਾਂ ਦੇ ਵਿੱਚੋਂ ਕਾਫੀ ਵੱਡੇ ਪੱਧਰ ਤੇ ਉੱਤੇ ਕਰੋਨਾ ਪੋਜ਼ਿਟਿਵ ਲੋਕ ਪਾਏ ਗਏ 42 ਉਡਾਣਾਂ ਦੇ ਵਿੱਚੋਂ ਇਕੱਲੇ ਦਿੱਲੀ ਤੋਂ ਆਏ ਹੋਏ ਲੋਕ ਹੀ ਜ਼ਿਆਦਾਤਰ ਪੋਜ਼ਿਟਿਵ ਪਾਏ ਗਏ ਜਿਸ ਤੋਂ ਬਾਅਦ ਇਹ ਫੈਸਲਾ ਕੈਨੇਡਾ ਸਰਕਾਰ ਤੇ ਵੱਲੋਂ ਲਿਆ ਗਿਆ ਕੈਨੇਡੀਅਨ ਜਿਹੜੇ ਸਿਹਤ ਮਾਹਰ ਨੇ ਉਹਨਾਂ ਦਾ ਕਹਿਣਾ ਹੈ ਕਿ V1617 ਜਿਹੜੀ ਕਿਸਮ ਦੇ ਮਰੀਜ਼ ਭਾਰਤ ਦੇ ਵੱਡੇ ਪੱਧਰ ਦੇ ਉੱਤੇ ਫੈਲੇ ਹੋਏ ਨੇ ਜਿਸ ਕਰਕੇ ਉਡਾਣਾ ਬੰਦ ਕੀਤੀਆਂ ਗਈਆਂ ਨੇ ਸੋ ਕੈਨੇਡਾ ਸਰਕਾਰ ਆਪਣੇ ਲੋਕਾਂ ਨੂੰ ਹੋਰ ਮੁਸ਼ਕਲ ਦੇ ਵਿੱਚ ਨਹੀਂ ਪਾਉਣਾ ਚਾਹੁੰਦੀ ਪਰ ਜੇਕਰ ਅਸੀਂ ਲੋਕਾਂ ਦੀ ਆਮ ਲੋਕਾਂ ਦੀ ਮੁਸ਼ਕਲ ਦੇਖੀਏ ਭਾਰਤ ਦੇ ਵਿੱਚੋਂ ਜਿਨ੍ਹਾਂ ਨੇ ਕੈਨੇਡਾ ਜਾਣਾ ਉਹਨਾਂ ਦੀਆਂ ਮੁਸ਼ਕਲਾਂ ਵੀ ਵੱਡੀਆਂ ਨੇ ਪਰ ਕੈਨੇਡਾ ਸਰਕਾਰ ਵੀ ਆਪਣੇ ਪੱਧਰ ਦੇ ਉੱਤੇ ਮੁਸ਼ਕਲਾਂ ਦੇ ਨਾਲ ਜੂਝ ਰਹੀ ਹੈ ਕਿਉਂਕਿ ਪਹਿਲਾਂ ਹੀ ਪਿਛਲੇ ਸਾਲ ਦੇ ਵਿੱਚ ਜਦੋਂ ਲਾਕਡਾਊਨ ਲੱਗਿਆ ਹੈ ਤਾਂ ਉਸ ਵਕਤ ਕੈਨੇਡਾ ਸਰਕਾਰ ਵੱਡੇ ਪੱਧਰ ਦੇ ਉੱਤੇ ਜੋ ਲ ਸਟੂਡੈਂਟ ਕਰੇ ਬੈਠੇ ਸੀ ਲੋਕ ਕਰੇ ਬੈਠੇ ਸੀ ਉਹਨਾਂ ਨੂੰ ਵਿੱਤੀ ਸਹਾਇਤਾ ਦੇ ਚੁੱਕੀ ਹੈ ਤੇ ਨਾਲ ਹੀ ਇੰਡਸਟਰੀ ਨੂੰ ਵਿੱਤੀ ਸਹਾਇਤਾ ਦੇ ਚੁੱਕੀ ਹੈ ਇਸ ਕਰਕੇ ਕੈਨੇਡਾ ਸਰਕਾਰ ਹੁਣ ਇਸ ਹਾਲਾਤਾਂ ਦੇ ਵਿੱਚ ਨਹੀਂ ਹੈ ਕਿ ਉਹ ਦੁਬਾਰਾ ਜੇਕਰ ਅੰਕੜੇ ਉਹਨਾਂ ਦੇ ਉੱਥੇ ਵਧਦੇ ਨੇ ਤਾਂ ਉਹ ਉੱਥੇ ਸੰਭਾਲ ਸਕਣ ਕਿਉਂਕਿ ਉਹਨਾਂ ਦੇ ਪਹਿਲਾਂ ਹੀ ਆਰਥਿਕ ਤੌਰ ਦੇ ਉੱਤੇ ਬਹੁਤ ਘਾਟਾ ਚੱਲ ਚੁੱਕੀਆਂ ਨੇ ਸਰਕਾਰਾਂ ਉਹਨਾਂ ਦਾ ਕਹਿਣਾ ਹੈ ਕਿ ਹੁਣ ਸਾਡੇ ਇੱਥੇ ਕਿਸ ਘਾਟੇ ਅਸੀਂ ਕਿਸੇ ਵੀ ਅਜਿਹੇ ਮੁਲਕ ਤੋਂ ਉਡਾਣ ਜਿਹੜੀ ਯਾਤਰੀ ਨਹੀਂ ਲੈਣਾ ਚਾਹਾਂਗੇ ਕਿ ਇੱਕ ਵਾਰ ਫਿਰ ਤੋਂ ਸਾਡੇ ਦੇਸ਼ कोरोना ਦਾ ਬਲਾਸਟ ਵੇਖ ਨੂੰ ਮਿਲ ਸਕੇ ਇਸ ਕਰਕੇ ਵੱਡਾ ਫੈਸਲਾ ਕੈਨੇਡਾ ਸਰਕਾਰ ਦੇ ਵੱਲੋਂ ਹੈ ਇਹ ਭਾਰਤ ਸਰਕਾਰ ਦੇ ਲਈ ਜ਼ਰੂਰ ਸੋਚਣ ਵਾਲੀ ਗੱਲ ਹੈ ਕਿ ਭਾਰਤ ਦੇ ਵਿੱਚ ਲਗਾਤਾਰ ਵਧ ਰਹੇ ਕੇਸ ਹੁਣ ਭਾਰਤ ਦੀ ਆਰਥਿਕਤਾ ਦੇ ਉੱਤੇ ਅਤੇ ਆਮ ਲੋਕਾਂ ਦੇ ਉੱਤੇ ਅਸਰ ਪਾਉਣਾ ਸ਼ੁਰੂ ਕਰ ਚੁੱਕੇ ਨੇ ਉਧਰ ਦੂਜੇ ਪਾਸੇ ਗੱਲ ਅਮਰੀਕਾ ਦੀ ਵੀ ਕਰ ਲੈਂਦੇ ਆ ਅਮਰੀਕਾ ਨੂੰ ਵੀ ਜਿਹੜੇ ਅਮਰੀਕਨ ਭਾਰਤ ਦੇ ਪਾਕਿਸਤਾਨ ਬੰਗਲਾਦੇਸ਼ ਤੇ ਅਫਗਾਨਿਸਤਾਨ ਦੇ ਲੋਕਾਂ ਤੋਂ ਜਿਹੜਾ ਦੂਰ ਰਹਿਣ ਦੀ ਗੱਲ ਆਖ ਦਿੱਤੀ ਗਈ ਆ ਅਮਰੀਕਾ ਨੇ ਸਲਾਹ ਦਿੱਤੀ ਆ ਆਪਣੇ ਨਾਗਰਿਕਾਂ ਨੂੰ ਕਿ ਇਹਨਾਂ ਦੇਸ਼ਾਂ ਦੇ ਵਿੱਚ ਯਾਤਰਾ ਨਾ ਕੀਤੀ ਜਾਵੇ ਨਹੀਂ ਤਾਂ ਤੁਹਾਡੀ ਸਿਹਤ ਦੇ ਨਾਲ ਤੁਹਾਡੇ ਆਪਣੇ ਪੱਧਰ ਤੇ ਉੱਤੇ ਕੀਤਾ ਹੋਇਆ ਫੈਸਲਾ ਹੋਏਗਾ ਉਹਨਾਂ ਨੇ ਕਿਹਾ ਹੈ ਕਿ ਭਾਰਤ ਪਾਕਿਸਤਾਨ ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਦੂਰ ਰਹਿਣ ਉਹਨਾਂ ਦੇ ਯਾਤਰੀ ਇਹ ਸਾਫ਼ ਅਮਰੀਕਾ ਦੀ ਜਿਹੜੀ ਸਰਕਾਰ ਦੇ ਵੱਲੋਂ ਕਰ ਦਿੱਤਾ ਗਿਆ ਹੈ ਰਾਸ਼ਟਰਪਤੀ ਜੋ ਬਾਰਡਨ ਦੇ ਪ੍ਰਸ਼ਾਸਨ ਨੇ ਜਿਹੜੇ ਸਮੂਹ ਅਮਰੀਕਨ ਨਾਗਰਿਕ ਨੇ ਉਹਨਾਂ ਦੇ ਲਈ ਇਹ ਫੈਸਲਾ ਜਿਹੜਾ ਦਿੱਤਾ ਹੈ ਉਹਨਾਂ ਦਾ ਕਹਿਣਾ ਸੀ ਕਿ ਇਹਨਾਂ ਦੇਸ਼ਾਂ ਦੇ ਵਿੱਚ ਯਾਤਰਾ ਜਿਹੜੀ ਉਹ ਨਾ ਕੀਤੀ ਜਾਵੇ ਇਵੀ ਖਾਸ ਹੈ ਕਿ ਅਮਰੀਕੀ ਪ੍ਰਸ਼ਾਸਨ ਨੇ ਭਾਰਤ, ਪਾਕਿਸਤਾਨ, ਅਫਗਾਨਿਸਤਾਨ, ਬੰਗਲਾਦੇਸ਼, ਮਾਲਦੀਪਸ ਨੂੰ ਲੈਵਲ 4 ਉੱਤੇ ਰੱਖਿਆ ਜਿਸ ਦਾ ਮਤਲਬ ਹੈ ਕਿ ਅਮਰੀਕਨ ਇਹਨਾਂ ਦੇਸ਼ਾਂ ਦੀ ਯਾਤਰਾ ਨਾ ਕਰਨ ਅਮਰੀਕੀ ਵਿਦੇਸ਼ੀ ਵਿਭਾਗ ਦੇ ਜਾਰੀ ਬਿਆਨ ਦੇ ਵਿੱਚ ਕਿਹਾ ਹੈ ਕਿ ਕੋਵਿਡ ਅਪਰਾਧ ਅਤੇ دہشت ਗਰਦੀ ਜਹੇ ਕਾਰਨ ਕਰਕੇ ਭਾਰਤ, ਪਾਕਿਸਤਾਨ ਅਤੇ ਅਫਗਾਨਿਸਤਾਨ ਦੀ ਯਾਤਰਾ ਤੇ ਰੋਕ ਲਾਈ ਗਈ ਹੈ ਉਹਨਾਂ ਦਾ ਕਹਿਣਾ ਸੀ ਕਿ ਭਾਰਤ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਕਰੋਨਾ ਦੇ ਕਰਕੇ ਮਾੜੇ ਨੇ ਇਸ ਕਰਕੇ ਜਿਹੜੀ ਯਾਤਰਾ ਸੀ ਆਪਣੇ ਨਾਗਰਿਕਾਂ ਨੂੰ ਇਸਲਾਹ ਦੇ ਰਿਹਾ ਕਿ ਯਾਤਰਾ ਨਾ ਕੀਤੀ ਜਾਵੇ ਸੋ ਹੁਣ ਵੱਡਾ ਫੈਸਲਾ ਹੈ ਸਰਕਾਰਾਂ ਦੇ ਲਈ ਭਾਰਤ ਸਰਕਾਰ ਇਸ ਨੂੰ ਲੈ ਕੇ ਚਿੰਤਤ ਹੋਣੀ ਚਾਹੀਦੀ ਹੈ ਕਿਉਂਕਿ ਜੇਕਰ ਇਹ ਅੰਕੜੇ ਪਿਛਲੇ 48 ਘੰਟਿਆਂ ਦੇ ਵਿੱਚ ਸਵਾ 6 ਲੱਖ ਦੇ ਕਰੀਬ ਪਹੁੰਚਦੇ ਨੇ ਤਾਂ ਇਹ ਬਹੁਤ ਵੱਡਾ ਅੰਕੜਾ ਹੈ ਅਸੀਂ ਸਾਰੇ ਮੁਲਕਾਂ ਦਾ ਰਿਕਾਰਡ ਤੋੜਦੇ ਜਾ ਰਹੇ ਹਾਂ ਸਾਡੇ ਮੁਲਕ ਦੇ ਵਿੱਚ ਕਰੋਨਾ ਦੀ ਲਾਗ ਇਨੇ ਵੱਡੇ ਪੱਧਰ ਤੇ ਉਤੇ ਹੁੰਦੀ ਜਾ ਰਹੀ ਹੈ ਇਸ ਕਰਕੇ ਪ੍ਰਸ਼ਾਸਨ ਨੂੰ ਕੋਈ ਵੱਡੇ ਫੈਸਲੇ ਲੈਣੇ ਪੈਣਗੇ ਇਹ ਵੀ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਡਾ ਮੁਲਕ ਲਾਕਡਾਊਨ ਦੇ ਵੱਲ ਵੱਧ ਸਕਦਾ ਹੈ ਪਰ ਜੇਕਰ ਸੀ ਆਪਣੇ ਪਦਰਤੀ ਉੱਤੇ ਆਪਣੀਆਂ ਜਿਹੜੀਆਂ ਜ਼ਰੂਰੀ ਹਦਾਇਤਾਂ ਕਰੋਨਾ ਦੇ ਮੱਦੇਨਜ਼ਰ ਸਰਕਾਰ ਨੇ ਦਿੱਤੀਆਂ ਉਹਨਾਂ ਨੂੰ ਮੰਨਿਏ ਤਾਂ ਅਸੀਂ ਇਸ ਬਿਮਾਰੀ ਤੋਂ ਵੀ ਬਚ ਸਕਦੇ ਹਾਂ ਤੇ ਲੋਕਡਾਊਨ ਤੋਂ ਵੀ ਬਚ ਸਕਦੇ ਹਾਂ ਕੋਈ ਹੋਰ ਅਪਡੇਟ ਆਈ ਕਿ ਉਹ ਵੀ ਤੁਹਾਡੇ ਨਾਲ ਜਲਦ ਸਾਂਝੀ ਕਰਾਂਗੇ ਫਿਲਹਾਲ ਦੇ ਲਈ ਇਜਾਜ਼ਤ ਬਹੁਤ ਬਹੁਤ ਤਾਲਬਾ